ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਗਗਨ ਹੈ ਤੇ ਮੈਂ ਤੁਹਾਡੇ ਨਾਲ ਅੱਜ ਇੱਕ ਬੱਚੀ ਜੋ ਕਿ 15 ਸਾਲ ਦੀ ਹੈ ਜਿਹਦਾ ਨਾਮ ਖੁਸ਼ੀ ਹੈ ਉਹਦੇ ਬਾਰੇ ਗੱਲ ਕਰਨ ਲੱਗਿਆ ਵਾਂ। ਖੁਸ਼ੀ ਥੋੜ੍ਹੇ ਕੁ ਦਿਨ ਪਹਿਲੇ ਸਿਵਲ ਹਸਪੀਟਲ 'ਚ ਐਡਮਿਟ ਸੀ ਜਿਹਦੇ ਮੰਮਾ ਪਾਪਾ ਦੀ ਡੈਥ ਹੋ ਗਈ ਸੀ ਅਤੇ ਉਹਦਾ ਇਲਾਜ ਉਹਦੇ ਪਾਪਾ ਦੇ ਫਰੈਂਡ ਕਰਵਾ ਰਹੇ ਸੀਗੇ। ਉਹਦੇ ਪਾਪਾ ਦੇ ਜੋ ਫਰੈਂਡ ਆ ਉਹ ਮੇਰੇ ਨੇਬਰ ਹੀ ਹੈ, ਇਸ ਕਰਕੇ ਮੈਂ ਵੀ ਸਿਵਲ ਹਸਪੀਟਲ 'ਚ ਗਿਆ ਅਤੇ ਜਦੋਂ ਦੇਖਿਆ ਬੱਚੀ ਦੀ ਕੰਡੀਸ਼ਨ ਬਹੁਤ ਜ਼ਿਆਦਾ ਕ੍ਰਿਟੀਕਲ ਸੀਗੀ। ਸਿਵਲ ਹਸਪੀਟਲ ਦੇ ਵਿੱਚ ਮੈਂ ਇੱਕ ਇੰਸਪੈਕਟਰ ਸਰ ਨੂੰ ਮਿਲਿਆ। ਇੰਸਪੈਕਟਰ ਸਰ ਨੇ ਮੈਨੂੰ ਸੰਜੇ ਸਰ ਦਾ ਨੰਬਰ ਦਿੱਤਾ ਅਤੇ ਸੰਜੇ ਸਰ ਨੇ ਮੈਨੂੰ CWC ਦੇ ਆਫਿਸ 'ਚ ਭੇਜਿਆ। ਉੱਥੇ ਮੈਂ ਰਸ਼ਮੀ ਮੈਮ ਨੂੰ ਮਿਲਿਆ, ਉਹਨਾਂ ਨੂੰ ਮੈਂ ਲੈਟਰ ਦਿੱਤੀ ਬੱਚੀ ਦੇ ਰਿਗਾਰਡਿੰਗ ਕਿ ਬੱਚੀ ਜਾਨ ਬਚਾਈ ਜਾ ਸਕੇ। ਅਤੇ ਰਸ਼ਮੀ ਮੈਮ ਨੇ ਮੈਨੂੰ ਸਿਟੀ ਨੀਡਸ ਦੇ ਨਾਲ ਜੋੜਿਆ। ਸਿਟੀ ਨੀਡਸ ਨੇ ਬਹੁਤ ਹੈਲਪ ਕੀਤੀ, ਉਹਨਾਂ ਨੇ ਸਿਵਲ ਹੋਸਪਿਟਲ 'ਚੋਂ ਚੱਕ ਕੇ ਬੱਚੇ ਨੂੰ ਉੱਥੇ CMC ਹੋਸਪਿਟਲ ਦੇ ਵਿੱਚ ਸ਼ਿਫਟ ਕਰਵਾਇਆ ਅਤੇ ਬਹੁਤ ਸਾਰਾ ਫੰਡ ਇਕੱਠਾ ਕਰ ਲਿੱਤਾ ਬੱਚੀ ਜਾਨ ਬਚਾਉਣ ਦੇ ਲਈ। ਬਟ ਸੋਰੀ ਟੂ ਸੇ ਡੈਟ ਕਿ ਅਸੀਂ ਬੱਚੀ ਦੀ ਜਾਨ ਨਹੀਂ ਬਚਾ ਸਕੇ। ਮੈਂ ਸਿਟੀ ਨੀਡਸ ਨਾਲ ਜੁੜ ਕੇ ਦੇਖਿਆ ਕਿ ਇਹ ਬਹੁਤ ਵਧੀਆ ਲੋਕ ਹੈ ਅਤੇ ਲੋਕਾਂ ਦੀ ਸੱਚੀ 'ਚ ਬਹੁਤ ਹੈਲਪ ਕਰਦੇ ਹੈ ਅਤੇ ਮੈਨੂੰ ਪ੍ਰਾਊਡ ਹੈ ਕਿ ਮੈਂ ਵੀ ਇਹਨਾਂ ਦੀ ਇੱਕ ਜੋ ਚੈਨ ਚਲਾਈ ਇਹਨਾਂ ਨੇ ਗੁਡਨੈਸ ਅੰਬੈਸਡਰ, ਮੈਂ ਵੀ ਉਹਨਾਂ ਦਾ ਗੁਡਨੈਸ ਅੰਬੈਸਡਰ ਹਾਂ। ਤੁਸੀਂ ਵੀ ਇਹਨੂੰ ਜੁਆਇਨ ਕਰ ਸਕਦੇ ਹੋ ਤਾਂ ਕਿ ਆਪਾਂ ਕਿਸੇ ਵੀ ਜ਼ਰੂਰਤਮੰਦ ਦੀ ਲੋੜ ਪੈਣ 'ਤੇ ਬਿਨਾਂ ਝਿਜਕ ਤੋਂ ਮਦਦ ਕਰ ਸਕੀਏ ਅਤੇ ਆਪਾਂ ਕਿਸੇ ਦੀ ਵੀ ਜਾਨ ਬਚਾ ਸਕੀਏ। ਧੰਨਵਾਦ ਜੀ।